बड़ी खबर सामने आ रही है पटियाला दी सेंट्रल जेल तो जिथे जेल च बंद कैदियां दे वलों पुलिस दी टीम ते हमला कीता गया। हमले दौरान एक डीएसपी समेत दो वार्डन जख्मी हो गए। पुलिस नूं हवालातियां कोलों मोबाइल अते नशे दी सूचना मिली सी, जिस तों बाद जांच करन गई पुलिस दी टीम। जांच दौरान कैदियां वलों पुलिस टीम ते इट्टां रोड़ियां दे नाल हमला कर दिता गया, जिस च डीएसपी जेल वरुण शर्मा, हेड वार्डन सिकंदर सिंह अते वार्डन सरताज सिंह गंभीर रूप दे विच जख्मी हो गए ने। पुलिस ने फिलहाल 9 हवालातियां खिलाफ मामला दर्ज कर लिया है। जख्मी पुलिस मुलाजमा नूं रजिंद्रा हस्पताल भर्ती किया गया है। आईजी जेल मुलाजमा दा हाल जानने लई पहुंचे ने। पुलिस ने हवालातियां दे खिलाफ आईपीसी दी धारा 353 186 307 148 149 तहत मामला दर्ज करके अगली कार्रवाई शुरू कर दी है। ਹੋਇਆ ਕਿ ਕੈਦੀਆਂ ਵੱਲੋਂ ਹਮਲਾ ਹੋਇਆ, ਕਿੰਨੇ ਜਿਹੜੇ ਮੁਲਾਜ਼ਮ ਹੈ ਜ਼ਖਮੀ ਹੈ ਤੇ ਕੌਣ ਕੌਣ ਜ਼ਖਮੀ ਹੋਇਆ? ਹਾਂਜੀ, ਇਹ ਅੱਜ ਸਰਚ ਦੇ ਦੌਰਾਨ ਜੇਲ੍ਹ ਅਥਾਰਟੀਜ਼ ਵੱਲੋਂ ਅੰਦਰ ਸਰਚ ਕੀਤੀ ਜਾ ਰਹੀ ਸੀ। ਉਸਦੇ ਦੌਰਾਨ ਜੋ ਕੈਦੀਆਂ ਵੱਲੋਂ ਇਹਨਾਂ 'ਤੇ ਹਮਲਾ ਕੀਤਾ ਗਿਆ ਹਵਾਲਾਤੀਆਂ ਵੱਲੋਂ, ਉਸ ਦੇ ਵਿੱਚ ਇੱਕ ਡਿਪਟੀ ਸੁਪਰਡੈਂਟ ਜੇਲ੍ਹ ਨੇ ਸ਼੍ਰੀ ਵਰੁਣ ਸ਼ਰਮਾ ਜੀ, ਉਹ ਇੰਜਰਡ ਹੋਏ ਨੇ, ਅਤੇ ਇੱਕ ਹੈੱਡ ਵਾਰਡਰ ਨੇ ਸਿਕੰਦਰ ਸਿੰਘ ਅਤੇ ਵਾਰਡਰ ਸਰਤਾਜ ਸਿੰਘ ਇਹਦੇ 'ਚ ਇੰਜਰਡ ਹੋਏ ਨੇ। ਜੀ ਜੀ, ਇਹ ਕਿੰਨੇ ਲੋਕਾਂ ਦੇ ਉੱਪਰ ਮਾਮਲਾ ਦਰਜ ਹੋਇਆ ਅਤੇ ਕਿਹੜੀ ਧਾਰਾ ਤਹਿਤ ਹੋਇਆ ਜੀ? ਇਹ ਕਰੀਬ 9 ਹਵਾਲਾਤੀਆਂ ਦੇ 9 ਡੀਐਸਪੀ ਸਿਕਿਉਰਟੀ ਨੇ ਸਾਨੂੰ ਦਿੱਤੇ ਨੇ, ਜੋ ਲਿਖਾਏ ਨੇ ਬਿਆਨਾਂ ਦੇ ਵਿੱਚ ਉਹਨਾਂ ਦੇ ਖਿਲਾਫ਼ ਅਸੀਂ ਅੰਡਰ ਸੈਕਸ਼ਨ 353 186 307 ਅਤੇ 148 149 ਦੇ ਤਹਿਤ ਅਸੀਂ ਕਾਰਵਾਈ ਕਰ ਰਹੇ ਹਾਂ। ਸਰ, ਕੌਣ ਸੀ ਚੀਜ਼ 'ਤੇ ਹਮਲਾ ਕੀਤਾ ਗਿਆ ਅੰਦਰ ਜੇਲ੍ਹ ਕੇ ਅੰਦਰ? ਅੰਦਰ ਜੋ ਇਹਨਾਂ ਨੇ ਦੱਸਣ ਮੁਤਾਬਕ, ਬਿਆਨ ਮੁਤਾਬਕ, ਇੱਟਾਂ ਰੋੜੇ ਉਹਨਾਂ ਵੱਲੋਂ ਚਲਾਏ ਗਏ। ਇੱਟਾਂ ਰੋੜੋ ਕੇ ਸਾਡੇ ਜੀ ਸਰ, ਕੋਈ ਉੱਚ ਅਧਿਕਾਰੀ ਵੀ ਦੇਖਣ ਆ ਰਹੇ ਜੀ? ਹਾਂਜੀ, ਡੀਐਸਪੀ ਸਿਕਿਉਰਟੀ ਸ਼੍ਰੀ ਵਰਨ ਸ਼ਰਮਾ ਜੀ, ਹਵਾਲਾਤੀ ਨੇ ਜੀ ਸਾਰੇ, ਕਾਫੀ ਸੱਟ ਲੱਗੀ ਉਹਨਾਂ ਦੇ, ਇਲਾਜ ਅਧੀਨ ਨੇ ਅੰਦਰ।